ਦਾ ਜਿਹੜੀ ਦੁਰਘਟਨਾ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਸੀਗੀ ਪਰ ਇਹਦਾ ਇਹਦਾ ਰੀਜ਼ਨ ਕਾਰਨ ਇਹ ਹੈ ਕਿ ਹਰ ਸਾਲ ਪਾਣੀ ਦਾ ਪੰਜਾਬ ਦਾ ਪਾਣੀ ਜਿਹੜਾ ਸਵਾ ਫੁੱਟ ਡੂੰਗਾ ਚਲਾ ਜਾਂਦਾ ਹੈ ਤੇ 20000 ਨਵੇਂ ਬੋਰ ਵੈਲ ਜਿਹੜੇ ਪੁਰਾਣੀਆਂ ਥਾਂ ਤੇ ਨਵੇਂ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਜਿਹੜੇ ਖੁੱਲੇ ਬੋਰ ਵੈਲ ਰਹਿ ਜਾਂਦੇ ਨੇ ਉੱਥੇ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਇੰਤਜ਼ਾਮ ਕਰੇ ਕਿ ਨਹਿਰੀ ਪਾਣੀ ਦਾ ਇੰਤਜ਼ਾਮ ਹੋਵੇ ਬੋਰਾ ਦੇ ਉੱਪਰ ਡਿਪੈਂਡੈਂਸ ਹੈ ਜਿਹੜੀ ਘਟੇ ਪਰ ਫਿਰ ਵੀ ਜੇ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਕਿਸੇ ਘਰ ਪਰਿਵਾਰ ਦੇ ਨਾਲ ਬੱਚੇ ਦੇ ਨਾਲ ਹੋ ਜਾਂਦੀ ਹੈ ਤੇ ਸਰਕਾਰ ਅੱਜ ਦਾਅਵੇ ਤਾਂ ਇਹ ਕੀਤੇ ਜਾਂਦੇ ਨੇ ਕਿ ਅਸੀਂ ਸਪੇਸ ਸ਼ਟਲ ਜਿਹੜੀ ਆਪਦੀ ਭੇਜ ਰਹੇ ਹਾਂ ਇਸ ਤਰ੍ਹਾਂ ਦੀਆਂ ਮਿਜ਼ਾਈਲਾਂ ਬਣ ਗਿਆ ਲੋਕਾਂ ਨੂੰ ਮਾਰਨ ਦੇ ਲਈ ਕਿ ਹਜ਼ਾਰਾਂ ਮੀਲ ਤੱਕ ਅਸੀਂ ਮਿਜ਼ਾਈਲ ਬਣਾਈ ਮਾਰ ਕਰਨ ਵਾਲੀ ਤੇ 100 ਫੁੱਟ ਜੇ ਬੱਚਾ गिर ਗਿਆ ਬੱਚੇ ਨੂੰ ਬਚਾਉਣ ਦੇ ਲਈ ਮਾਰਨ ਵਾਲੇ ਸਾਰੇ ਸਾਧਨ ਸਰਕਾਰਾਂ ਬਣਾਈ ਜਾਂਦੀਆਂ ਨੇ ਬਚਾਉਣ ਵਾਲਾ ਕੁਝ ਬਣਾ ਨਹੀਂ ਰਹੀਆਂ ਹੈਗੀਆਂ 100 ਫੁੱਟ ਦੇ ਵਿੱਚੋਂ ਬੱਚਾ ਨਹੀਂ ਕੱਢਿਆ ਜਾਂਦਾ ਹੈਗਾ ਤੀਜੀ ਜਾਂ ਚੌਥੀ ਮੰਜ਼ਲ ਤੇ ਅੱਗ ਲੱਗ ਜੇ ਤੇ ਇਹਨਾਂ ਕੋਲ ਜਿਹੜੀਆਂ ਆਟੋਮੈਟਿਕ ਐਸਕੇਲੇਟਰਸ ਪੌੜੀਆਂ ਵਾਲੀ ਫਾਇਰ ਬ੍ਰਿਗੇਡਸ ਨੇ ਉਹ ਨਹੀਂ ਹੈਗੀਆਂ ਸੋ ਕਿਹੜੇ ਪਾਸੇ ਨੂੰ ਸਰਕਾਰਾਂ ਜਾ ਰਹੀਆਂ ਨੇ ਸੋ ਇਸ ਕਰਕੇ ਹਰ ਤਰ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਪ੍ਰਸ਼ਾਸਨਿਕ ਤੌਰ ਦੇ ਉੱਪਰ ਵੀ ਹੋਣੀ ਚਾਹੀਦੀ ਹੈ ਜੁਡੀਸ਼ੀਅਲ ਤੌਰ ਦੇ ਉੱਪਰ ਵੀ ਹੋਣੀ ਚਾਹੀਦੀ ਹੈ ਅੰਡਰ ਦਾ ਆਬਜ਼ਰਵੇਸ਼ਨ ਆਫ ਹਾਈ ਕੋਰਟ ਹੋਣੀ ਚਾਹੀਦੀ ਹੈ ਪੀਆਈਐਲ ਦੇ ਵਿੱਚ ਵੀ ਪਈਏ ਸਾਰੇ ਤੱਥ ਉੱਥੇ ਵੀ ਸਾਹਮਣੇ ਹਾਈ ਕੋਰਟ ਦੇ ਵਿੱਚ ਆਉਣੇ ਚਾਹੀਦੇ ਨੇ ਸਿਰਫ ਔਰ ਸਿਰਫ ਇਸ ਇਸ਼ੂ ਦੇ ਉੱਪਰ ਰਾਜਨੀਤੀ ਕਰਕੇ ਕੰਮ ਬੰਦ ਨਹੀਂ ਹੋਣਾ ਚਾਹੀਦਾ ਹੈਗਾ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਘਰ ਦਾ ਫਤਿਹਵੀਰ ਨਹੀਂ ਵਿਛੜੂਗਾ ਤੇ ਇਸ ਚੀਜ਼ ਦੇ ਲਈ ਪੁਖਤਾ ਪ੍ਰਬੰਧ ਹੈ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਰੋਡ ਦਾ ਨਾਮ ਫਾਦੀ ਵੀਰ ਤੇ ਰੱਖਿਆ ਹੈ ਠੀਕ ਹੈ ਮਤਲਬ ਕਿਤੇ ਨਾ ਕਿਤੇ ਤਾਂ ਨਹੀਂ ਲੱਗ ਨਹੀਂ ਰਿਹਾ ਕਿ ਸਰਕਾਰ ਆਪ ਦੀ ਨਲਾਇਕੀ ਤੋਂ ਬਚਣ ਦੇ ਮਾਰੇ ਜਾਂ ਪ੍ਰਸਾਫਨ ਬਚਣ ਦੇ ਮਾਰੇ ਕੁਝ ਘਰ ਪਹਿਲਾਂ ਹੀ ਇੰਨਾ ਵੱਡਾ ਐਲਾਨ ਕਰ ਦਿੰਦਾ ਕਿ ਲੋਕ ਨੇ ਜਿਹੜੇ ਉਹ ਕਿਸਾਨ ਤੇ ਦੇਖੋ ਇਸ ਤਰ੍ਹਾਂ ਜੇ ਮੈਂ ਇਹਦਾ ਸਿਆਸੀ ਸਵਾਲ ਦਾ ਸਿਆਸੀ ਜਵਾਬ ਦਵਾਂਗਾ ਨਾ ਉਏ ਲੱਗੂਗਾ ਕਿ ਆਪਾਂ ਇੱਕ 2 ਸਾਲ ਦੇ ਬੱਚੇ ਦੀ ਮੌਤ ਦੇ ਉੱਪਰ ਆਪਾਂ ਸਿਆਸਤ ਕਰ ਰਹੇ ਹਾਂ ਮੈਂ ਸਿਰਫ ਔਰ ਸਿਰਫ ਇਨਾ ਕਹਿਣਾ ਉਹ ਪਰਿਵਾਰ ਨੇ ਮੈਨੂੰ ਵੀ ਕਿਹਾ ਸੀਗਾ ਮੇਰੀ ਵੀ ਇੱਛਾ ਸੀ ਮੈਂ ਵੀ ਵਿਧਾਨ ਸਭਾ ਦੇ ਵਿੱਚ ਕੋਲ ਅਟੈਂਸ਼ਨ ਮੋਸ਼ਨ ਦਿੱਤਾ ਹੈ ਕਿ ਨਾਮ ਰੱਖਿਆ ਜਾਵੇ ਪਰ ਚੰਗੀ ਗੱਲ ਹੈ ਧੰਨਵਾਦ ਹੈ ਸਰਕਾਰ ਦਾ ਜੇ ਉਹਨਾਂ ਨੇ ਨਾਮ ਰੱਖਿਆ ਫਤਿਹਵੀਰ ਦੇ ਨਾਮ ਦੇ ਉੱਪਰ ਇਕੱਲੇ ਨਾਮ ਰੱਖਣ ਨਾਲ ਸ਼ਰਧਾਂਜਲੀ ਨਹੀਂ ਦਿੱਤੀ ਜਾਣੀ ਹੈਗੀ ਨਾਮ ਰੱਖਣ ਦੇ ਨਾਲ ਆਪਾਂ ਜਦੋਂ ਸੜਕ ਦੇ ਉੱਪਰ ਗੁਜ਼ਰਾਂਗੇ ਤੁਹਾਨੂੰ ਮੈਨੂੰ ਸਰਕਾਰ ਨੂੰ ਸਾਰਿਆਂ ਨੂੰ ਇਹ ਦਰਦਨਾਕ ਇਨਸੀਡੈਂਟ ਯਾਦ ਆਊਗਾ ਤੇ ਕੌਸ਼ੀਅਸ ਔਰ ਧਿਆਨ ਰਹੇਗਾ ਆਪਣਾ ਕਿ ਇਸ ਪਰਵਾਰ ਦੇ ਨਾਲ ਨਾ ਹੋਵੇ ਦੁਰਘਟਨਾ ਆਪਾਂ ਉਹਦੇ ਲਈ ਚੇਤਨ ਹੋ ਜਾਾਂਗੇ ਪਰ ਅਸਲੀ ਸ਼ਰਧਾਂਜਲੀ ਉਹ ਹੋਏਗੀ ਕਿ ਇਸ ਤਰ੍ਹਾਂ ਦੇ ਪੁਖਤਾ ਕਦਮ ਚਾਹੇ ਉਹ ਲੋਕਾਂ ਦੀ ਅਵੇਅਰਨੈਸ ਦੇ ਮਸਲੇ ਦੇ ਵਿੱਚ ਹੈ ਚਾਹੇ ਜੇ ਇਸ ਤਰ੍ਹਾਂ ਦੀ ਜੋ ਦੁਰਘਟਨਾ ਵਾਪਰਦੀ ਹੈ ਉਹਦੇ ਵਿੱਚ ਮਿੰਟਾਂ ਦੇ ਵਿੱਚ ਜਾਂ ਘੰਟਿਆਂ ਦੇ ਵਿੱਚੋਂ ਉਸ ਬੱਚੇ ਨੂੰ ਕਿਵੇਂ ਕੱਢਣਾ ਹੈ ਇਹਦੇ ਲਈ ਪੁਖਤਾ ਕਦਮ ਚੱਕਣ ਦੀ ਲੋੜ ਹੈ ਸੱਚੀ ਸ਼ਰਧਾਂਜਲੀ ਉਹ ਹੋਏਗੀ